ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਦਾ ਨਾਮ ਇੰਦਰਜੀਤ ਸਿੰਘ ਹੈ ਜੀ। ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਮੈਂ ਸਮੂਹ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੀ ਪਵਿੱਤਰ ਧਰਤੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਤਾਂ ਜੀ ਇੱਥੇ ਇਸ ਏਰੀਏ 'ਚ ਰਹਿੰਦੇ ਹੋਏ 15 ਸਾਲ ਹੋ ਗਏ ਨੇ, ਲੇਕਿਨ ਪਾਤਸ਼ਾਹ ਨੇ ਤਕਰੀਬਨ ਕੁਛ 6-7 ਮਹੀਨੇ ਤੋਂ ਬਖਸ਼ਿਸ਼ ਕੀਤੀ ਕਿ ਇਹ ਸੁਭਾਗ ਸਮਾਂ ਵੀ ਪ੍ਰਾਪਤ ਹੋਇਆ ਔਰ ਇਹ ਸੇਵਾ ਦਾ ਮੌਕਾ ਵੀ ਪਾਤਸ਼ਾਹ ਨੇ ਬਖਸ਼ਿਆ ਕਿ ਐਜ਼ ਅ ਮੈਂਬਰ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਮੈਂ ਇੱਥੇ ਸੇਵਾ ਨਿਭਾ ਰਿਹਾ ਜੀ ਔਰ ਪਾਤਸ਼ਾਹ ਇਸ ਤਰੀਕੇ ਨਾਲ ਸੇਵਾ ਲੈਂਦੇ ਰਹੇ। ਤੁਸੀਂ ਦੱਸਿਆ ਕਿ 15 ਸਾਲ ਤੋਂ ਤੁਸੀਂ ਸੇਵਾ ਕਰ ਰਹੇ ਹੋ, 15 ਸਾਲ ਤੁਹਾਨੂੰ ਕੀ ਹੁਣ ਅੱਜ ਦੀ ਡੇਟ ਵਿੱਚ ਕਰਤਾਰਪੁਰ ਸਾਹਿਬ ਜੀ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਜਦੋਂ ਇੰਡੀਆ ਔਰ ਪਾਕਿਸਤਾਨ ਦੀ ਵੰਡ ਹੋਈ ਹੈ ਉਸ ਤੋਂ ਲੈ ਕਰਕੇ ਤਕਰੀਬਨ ਸੰਨ 2000 ਤੱਕ 53-54 ਸਾਲ ਗੁਰਦੁਆਰਾ ਸਾਹਿਬ ਬੰਦ ਰਿਹਾ ਔਰ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਲੋਕੇਸ਼ਨ ਸੀ ਉਹ ਸਿਰਫ 23 ਕਨਾਲ ਸੀ, ਤਕਰੀਬਨ 3 ਕਿੱਲੇ ਵੀ ਪੂਰੇ ਨਹੀਂ ਸੀ। ਬਾਕੀ ਕੋਈ 100 ਕਿੱਲਾ ਪਹਿਲੀ ਹੈ ਸੀ ਜਿਹੜੀ ਕਿ ਇਤਿਹਾਸ ਵਿੱਚ ਚੱਲਦੀ ਆ ਰਹੀ ਹੈ, ਉਹਦੇ 'ਚ ਵਾਈ ਬੀਜੀ ਕੀਤੀ ਜਾਂਦੀ ਸੀ, ਲੇਕਿਨ ਗੁਰਦੁਆਰਾ ਸਾਹਿਬ ਸਿਰਫ 23 ਕਨਾਲ ਦੇ ਉੱਪਰ ਜਿਹੜਾ ਨਾ ਉਹ ਮੁਹੀਤ ਸੀ। 23 ਕਨਾਲ ਸਿਰਫ ਜਗ੍ਹਾ ਸੀ ਜਿਹੜੀ ਕਿ ਹੁਣ ਇਸ ਟਾਈਮ ਜਿਹੜੀ ਹੈ ਉਹ ਤਕਰੀਬਨ 875 ਏਕੜ 'ਤੇ ਚਲੀ ਗਈ ਹੈ, ਜਿਹੜੀ ਕਿ ਪਾਕਿਸਤਾਨ ਸਰਕਾਰ ਨੇ ਉਸਨੂੰ ਫੈਂਸ ਲਗਾ ਕੇ ਪ੍ਰਿਜ਼ਰਵ ਕਰ ਲਿਆ ਔਰ ਉਹਦੀ ਐਕੁਜ਼ੀਸ਼ਨ ਵੀ ਹੋ ਚੁੱਕੀ ਹੈ, ਜਿਹਦੇ ਵਿੱਚ ਪਹਿਲਾ ਫੇਜ਼ 104 ਏਕੜ ਦੇ ਵਿੱਚ ਕਵਰ ਹੋ ਚੁੱਕਿਆ, ਜਿਹਦੇ 'ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ, ਸਰਾਵਾਂ ਨੇ, ਲੰਗਰ ਹਾਲ ਹੈ, ਬਾਕੀ ਜੋ ਚੀਜ਼ਾਂ ਸੰਗਤ ਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਰਾ ਕੁਛ ਦੇ ਅੰਦਰ ਹੈ। ਇਸ ਤੋਂ ਇਲਾਵਾ 62 ਏਕੜ ਜਿਹੜਾ ਉਹ ਅਸੀਂ ਉਹਦੇ ਵਾਸਤੇ ਪ੍ਰਿਜ਼ਰਵ ਕੀਤਾ ਜਿਹਦੇ 'ਚ ਵਾਈ ਬੀਜੀ, ਕਿਉਂਕਿ ਪਾਤਸ਼ਾਹ ਨੇ ਇੱਥੇ ਰਹਿੰਦੇ ਹੋਏ ਵਾਈ ਬੀਜੀ ਵੀ ਕੀਤੀ ਹੈ। 62 ਏਕੜ ਦੇ ਵਿੱਚ ਜਿਹੜੀਆਂ ਨੇ ਉਹ ਸਬਜ਼ੀਆਂ, ਕਣਕ, ਮੁੰਜੀ ਆਦਿ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਗਣੀਆਂ ਜਿਹੜੀਆਂ ਕਿ ਗੁਰੂ ਘਰ ਦੀ ਸੰਗਤ ਜਦੋਂ ਆਏਗੀ ਲੰਗਰ ਛਕੇਗੀ ਅਤੇ ਕਣਕ ਔਰ ਮੁੰਜੀ ਇਸੋ ਹੀ ਪੈਲੀਆਂ ਦੇ ਉੱਤੋਂ ਜਾ ਕੇ ਗੁਰੂ ਘਰ ਦੇ ਲੰਗਰ ਦੇ ਵਿੱਚ ਇਸਤੇਮਾਲ ਹੋਏਗੀ ਜੀ। ਸੋ ਮੈਨੂੰ ਇਹ ਵੀ ਦੱਸਦੇ ਹੋਇਆ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜਾ ਉਪਰਾਲਾ ਹੈ ਪਾਕਿਸਤਾਨ ਸਰਕਾਰ ਨੇ ਜਦੋਂ ਇੱਥੇ 28 ਨਵੰਬਰ 2019 ਨੂੰ ਇਸਦਾ ਉਦਘਾਟਨ ਕੀਤਾ ਸੀ, ਇਸਦਾ ਨੀਂਹ ਪੱਥਰ ਰੱਖਿਆ ਗਿਆ ਸੀ, ਅਤੇ ਬਹੁਤ ਹੀ ਘੱਟ ਸਮੇਂ ਦੇ ਅੰਦਰ 10 ਮਹੀਨੇ ਦੇ ਸਮੇਂ ਦੇ ਅੰਦਰ ਇਸ ਗੁਰਦੁਆਰਾ ਸਾਹਿਬ ਨੂੰ 875 ਏਕੜ ਨੂੰ ਕਵਰ ਕਰ ਲਿਆ ਗਿਆ, ਜਿਹਦੇ ਅੰਦਰ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪਹਿਲੇ ਆਪ ਜੀ ਨਾਲ ਇਤਿਹਾਸ ਸਾਂਝਾ ਕੀਤਾ ਹੈ ਕਿ 104 ਏਕੜ ਸੀ ਜਿਸਦੇ ਅੰਦਰ ਗੁਰਦੁਆਰਾ ਸਾਹਿਬ ਦੀ ਪਰਿਕਰਮਾ, ਲੰਗਰ ਹਾਲ, ਬਾਕੀ ਸਾਰੀਆਂ ਬਿਲਡਿੰਗਸ ਨੇ ਡਿਵੈਲਪ ਹੋ ਚੁੱਕੀਆਂ ਨੇ। ਅਗਲੇ ਜਿਹੜੇ 2 ਫੇਜ਼ ਨੇ ਉਹ ਬਹੁਤ ਜਲਦ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ, ਜਿਹੜਾ ਕਿ ਇਸ ਪ੍ਰੋਜੈਕਟ ਦਾ ਬਾਕੀ ਇੱਕ ਹਿੱਸਾ ਮੁਕੰਮਲ ਹੋ ਗਿਆ, ਬਾਕੀ ਜਿਹੜੇ 3 ਹਿੱਸੇ ਨੇ ਉਹ ਕੰਮ ਜਿਹੜਾ ਅੱਗੇ ਚੱਲਦਾ ਰਹੇਗਾ ਔਰ ਸਿਲਸਿਲਾ ਸ਼ੁਰੂ ਰਹੇਗਾ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਹਿਲੇ ਪਾਕਿਸਤਾਨ ਸਰਕਾਰ ਦੀ ਤਰਫੋਂ ਭਾਰਤ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿ ਜੀ 500 ਦੀ ਸੰਗਤ ਅਸੀਂ ਰੋਜ਼ਾਨਾ ਦੀ ਬੁਨਿਆਦ 'ਤੇ ਅਸੀਂ ਰਿਸੀਵ ਕਰਾਂਗੇ ਔਰ ਉਹਨਾਂ ਦੀ ਸੇਵਾ ਕਰਾਂਗੇ, ਲੇਕਿਨ ਭਾਰਤ ਵੱਲੋਂ ਇਹ ਆਇਆ ਕਿ ਜੀ ਚੁੱਕੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਿੱਖ ਸੰਗਤਾਂ ਦਾ ਬਹੁਤ ਉਤਸ਼ਾਹ ਹੈ, ਬੜੀ ਭਾਵਨਾ ਹੈ, ਬੜੀ ਖਿੱਚ ਹੈ ਸ੍ਰੀ ਕਰਤਾਰਪੁਰ ਸਾਹਿਬ ਦੀ, ਕਿਉਂਕਿ ਵੰਡ ਤੋਂ ਲੈ ਕਰਕੇ ਸੰਨ 2019 ਤੱਕ ਲੋਕ ਉੱਥੇ ਆਉਂਦੇ ਸਨ ਤੁਸੀਂ ਅਤੇ ਇਹੀ ਦਰਸ਼ਨ ਕਰਕੇ ਇਸ ਟੈਲੀਸਕੋਪ ਦੇ ਨਾਲ ਬੜੇ ਭਰੇ ਹੋਏ ਮਨਾਂ ਦੇ ਨਾਲ ਵਾਪਸ ਚਲਦੇ ਸਨ, ਭਰੀਆਂ ਹੋਈ ਅੱਖਾਂ ਦੇ ਨਾਲ ਹੰਝੂ ਸੁੱਟਦੇ ਹੋਏ ਜਿਹੜੇ ਨਾ ਸੰਗਤ ਵਾਪਸ ਚਲ ਜਾਂਦੀ ਸੀ। ਸੋ ਭਾਰਤ ਸਰਕਾਰ ਵੱਲੋਂ ਆਇਆ ਜੀ 5000 ਸੰਗਤ ਰੋਜ਼ਾਨਾ ਦੀ ਬੁਨਿਆਦ 'ਤੇ ਆਏਗੀ, ਲੇਕਿਨ ਮੈਨੂੰ ਇਹ ਕਹਿਣਾ ਪੈ ਰਿਹਾ ਅਫਸੋਸ ਦੇ ਨਾਲ ਕਿ ਹਲੇ ਉਸ ਤਰੀਕੇ ਨਾਲ 5000 ਸੰਗਤ ਨਹੀਂ ਆ ਰਹੀ, ਜਦਕਿ ਸਾਡੇ ਕੋਲ ਐਜ਼ ਪਾਕਿਸਤਾਨੀ ਅਸੀਂ ਪੂਰੇ ਇੰਤਜ਼ਾਮ, ਪੂਰੇ ਪ੍ਰਬੰਧ ਹਕੂਮਤ ਪਾਕਿਸਤਾਨ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੇ ਨਾਲ ਸਾਡੇ ਕੋਲ 5000 ਸੰਗਤ ਦੇ ਪੂਰੇ ਪ੍ਰਬੰਧ ਹੈ ਨੇ, ਲੇਕਿਨ ਹਲੇ ਸੰਗਤ ਰੋਜ਼ਾਨਾ ਦੀ ਜਿਹੜੀ ਗਿਣਤੀ ਹੈ ਐਵਰੇਜ ਤਕਰੀਬਨ 700-800 ਗਿਣਤੀ ਦੇ ਵਿੱਚ ਸੰਗਤ ਆ ਰਹੀ ਹੈ। ਸੰਡੇ ਵਾਲੇ ਦਿਨ ਤਕਰੀਬਨ 1500-1800 ਦੀ ਗਿਣਤੀ ਤੱਕ ਸੰਗਤ ਆਉਂਦੀ ਹੈ, ਜਿਹੜੀ ਕਿ ਹਲੇ ਵੀ ਘੱਟ ਹੈ। ਸੋ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਅਸੀਂ ਖਿੜੇ ਮੱਥੇ ਤੁਹਾਡੀ ਇਹ ਜਿਹੜੀ ਸੁਜੈਸ਼ਨ ਹੈ, ਤੁਹਾਡਾ ਜਿਹੜਾ ਸੰਗਤ ਦਾ ਹੁਕਮ ਹੈ ਉਹਨੂੰ ਮੰਨਿਆ ਸੀ ਕਿ 5000 ਸੰਗਤ ਆਏਗੀ। ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸੰਗਤ ਨੂੰ ਵੱਧ ਤੋਂ ਵੱਧ ਇੱਥੇ ਆਉਣ ਵਾਸਤੇ ਉਹਦੇ 'ਚ ਆਸਾਨੀ ਪੈਦਾ ਕਰੋ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਆਉਣ। ਵੈਸੇ ਇਹ ਤਾਂ ਪਾਕਿਸਤਾਨੀ ਸਾਡੇ ਵੱਲੋਂ ਪਾਕਿਸਤਾਨ ਦੀ ਤਰਫੋਂ ਕਿਸੇ ਕਿਸਮ ਦੀ ਕੋਈ ਸ਼ਿਕ ਨਹੀਂ ਹੈ, ਇਹ ਕੰਡੀਸ਼ਨ ਨਹੀਂ ਹੈ ਕਿ ਪਾਸਪੋਰਟ ਹੋਣਾ ਜ਼ਰੂਰੀ ਹੈ ਜਾਂ ਕੋਈ ਹੋਰ ਐਸਾ ਡਾਕੂਮੈਂਟ, ਸਾਡੇ ਕੋਲ ਕੋਈ ਵੀ ਐਸਾ ਕਾਗਜ਼ ਪੱਤਰ ਆ ਜਾਵੇ ਜਿਹੜਾ ਕਿ ਸਾਡੀ ਪਾਕਿਸਤਾਨ ਸਰਕਾਰ ਨੇ ਫੈਸਲਾ ਕੀਤਾ ਕਿ ਤੁਹਾਡੇ ਕੋਲ ਕੋਈ ਵੀ ਐਸਾ ਕਾਗਜ਼ ਪੱਤਰ ਹੋਵੇ ਜਿਹਦੇ ਨਾਲ ਇਹ ਪਤਾ ਚੱਲੇ ਕਿ ਤੁਸੀਂ ਇੰਡੀਅਨ ਰੈਜ਼ੀਡੈਂਟ ਹੋ, ਅਤੇ ਅਸੀਂ ਤੁਹਾਨੂੰ ਉਸ ਦੇ ਉੱਪਰ ਐਂਟਰੀ ਦੇ ਦੇਵਾਂਗੇ ਔਰ ਤੁਸੀਂ ਅਗਰ ਦਿਨ 'ਚ 10 ਵਾਰੀ ਵੀ ਆਉਣਾ ਚਾਹੋ ਤੁਹਾਨੂੰ ਪਾਕਿਸਤਾਨ ਸਰਕਾਰ ਵੱਲੋਂ, ਪਾਕਿਸਤਾਨ ਦੀ ਆਵਾਮ ਵੱਲੋਂ ਉਨਾ ਹੀ ਪਿਆਰ ਮਿਲੇਗਾ ਜਿੰਨਾ ਤੁਹਾਨੂੰ ਪਹਿਲੀ ਵਾਰੀ ਮਿਲਿਆ ਸੀ
ਦਿਨ 'ਚ 10 ਵਾਰੀ ਵੀ ਆਉਂਗੇ ਤਾਂ ਉਨਾ ਹੀ ਪਿਆਰ ਵਧੇਰਾ ਹੀ ਮਿਲੇਗਾ ਜਿੰਨਾ ਤੁਹਾਨੂੰ ਕਿ ਆਉਣ 'ਤੇ ਮਿਲਿਆ ਸੀ। ਔਰ ਅਸੀਂ ਇਹ ਬੇਨਤੀ ਕਰਦੇ ਹਾਂ ਪਾਤਸ਼ਾਹ ਦੇ ਅੱਗੇ ਵੀ ਖੁੱਲ੍ਹਿਆ ਰਹੇ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇੱਥੇ ਆਉਣ, ਆ ਕੇ ਨਤਮਸਤਕ ਹੋਣ, ਬਾਬੇ ਨਾਨਕ ਦੀ ਉਸ ਧਰਤੀ ਨੂੰ, ਬਾਬੇ ਨਾਨਕ ਦੀ ਉਸ ਮਿੱਟੀ ਨੂੰ ਮੱਥੇ ਲਾਉਣ ਜਿੱਥੇ ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਸਮਾਂ ਬਤੀਤ ਕੀਤਾ। 18 ਸਾਲ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦਾ ਉਪਦੇਸ਼, ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਇਹਨਾਂ ਹੀ ਹਵਾਵਾਂ ਦੇ ਵਿੱਚ ਪ੍ਰਵੇਸ਼ ਹੋ ਗਏ। ਇਹਨਾਂ ਹੀ ਹਵਾਵਾਂ ਦੇ ਵਿੱਚ ਪਾਤਸ਼ਾਹ ਨੇ ਆਪਣਾ ਜਿਹੜਾ ਨਾ ਉਹ ਆਪਣਾ ਪ੍ਰਵੇਸ਼ ਹੋ ਗਿਆ। ਔਰ ਇਹਨਾਂ ਹੀ ਹਵਾਵਾਂ ਦੇ ਵਿੱਚ ਰਹਿੰਦਿਆਂ ਹੋਇਆਂ, ਐਸੇ ਹੀ ਸਥਾਨ 'ਤੇ ਰਹਿੰਦਿਆਂ ਹੋਇਆਂ ਪਾਤਸ਼ਾਹ ਨੇ ਪੂਰੀ ਮਨੁੱਖਤਾ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੰਦਿਆਂ ਹੋਇਆਂ ਅਕਾਲ ਚਲਾਣਾ ਕੀਤਾ। ਸੋ ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।